ਤਸਵੀਰਾਂ ਉਸ ਭਿਆਨਕ ਸੜਕੀ ਹਾਦਸੇ ਦੀਆਂ ਨੇ ਜਿਸ ਵਿਚ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਜਿਸ ਦਾ ਮਹਿਜ਼ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਆਪਣੀ ਸਾਲੀ ਨੂੰ ਉਸਦੇ ਸਹੁਰੇ ਘਰ ਛੱਡਣ ਜਾ ਰਿਹਾ ਸੀ ਤੇ ਨਾਲ ਹੀ ਇਸਦਾ ਸਹੁਰਾ ਵੀ ਮੌਜੂਦ ਸੀ। ਜਿਸ ਦੌਰਾਨ ਇਹ ਹਾਦਸਾ ਵਾਪਰਿਆ ਤਾਂ ਇਹ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਅਤੇ ਰਾਤ ਵਿਚ ਹੀ ਇਸਦੀ ਮੌਤ ਹੋ ਗਈ, ਜਦਕਿ ਸਹੁਰਾ ਗੰਭੀਰ ਰੂਪ ਦੇ ਨਾਲ ਜ਼ਖਮੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਦਰਅਸਲ ਇਹ ਨੌਜਵਾਨ ਆਪਣੀ ਸਾਲੀ ਨੂੰ ਉਸਦੇ ਸਹੁਰੇ ਘਰ ਛੱਡਣ ਜਾ ਰਿਹਾ ਸੀ। ਛੱਡ ਕੇ ਜਿਵੇਂ ਵਾਪਸ ਪਰਤ ਰਿਹਾ ਸੀ ਤਾਂ ਇਸਦੇ ਨਾਲ ਉਸਦਾ ਸਹੁਰਾ ਵੀ ਮੌਜੂਦ ਸੀ। ਸਾਹਮਣੇ ਹੀ ਤੇਲ ਨਾਲ ਭਰੇ ਇੱਕ ਟੈਂਕਰ ਦੇ ਨਾਲ ਕਾਰ ਦੀ ਜ਼ੋਰਦਾਰ ਟੱਕਰ ਹੋ ਜਾਂਦੀ ਹੈ, ਜਿਸ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਦੇ ਨਾਲ ਚਕਨਾ ਚੂਰ ਹੋ ਜਾਂਦੀ ਹੈ ਤੇ ਟੈਂਕਰ ਵੀ ਸੜਕ ਦੇ ਨਾਲ ਲੱਗਦੀ ਇੱਕ ਨਰਸਰੀ ਦੇ ਵਿੱਚ ਜਾ ਕੇ ਪਲਟ ਜਾਂਦਾ ਹੈ, ਜਿੱਥੇ ਸਾਰਾ ਤੇਲ ਵੀ ਡੁੱਲ ਜਾਂਦਾ ਹੈ। ਇਸੇ ਦੌਰਾਨ ਹੀ ਕਾਰ ਚਾਲਕ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਪਰ ਰਾਤ ਵਿੱਚ ਹੀ ਉਹ ਦਮ ਤੋੜ ਦਿੰਦਾ ਹੈ, ਜਦਕਿ ਸਹੁਰਾ ਗੰਭੀਰ ਰੂਪ ਦੇ ਨਾਲ ਜ਼ਖਮੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਮ੍ਰਿਤਕ ਦੀ ਪਛਾਣ ਤਰੁਣ ਵਜੋਂ ਹੋਈ ਹੈ, ਜੋ ਕਿ ਪੇਸ਼ੇ ਤੋਂ ਇੱਕ ਵਕੀਲ ਸੀ ਤੇ ਮਹਿਜ਼ 4 ਮਹੀਨੇ ਪਹਿਲਾਂ ਹੀ ਉਹਦਾ ਵਿਆਹ ਹੋਇਆ ਸੀ। ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਦੋਂ ਉਸਨੂੰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਰੈਫਰ ਕੀਤਾ ਗਿਆ ਤੇ ਇਸੇ ਦੌਰਾਨ ਹੀ ਉਸਨੇ ਦਮ ਤੋੜ ਦਿੱਤਾ। ਜਿਸ ਘਰ ਦੇ ਵਿੱਚ ਹਾਲੇ ਤੱਕ ਪੁੱਤ ਦੇ ਵਿਆਹ ਦਾ ਚਾਅ ਹੀ ਨਹੀਂ ਸੀ ਪੂਰਾ ਹੋਇਆ, ਉਸ ਵਿੱਚ ਮਾਤਮ ਪਸਰਿਆ ਹੋਇਆ ਹੈ। ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ। ਇਹ ਹਾਦਸਾ ਫਿਰੋਜ਼ਪੁਰ ਰੋਡ ਤੇ ਵਾਪਰਿਆ ਹੈ, ਜਿੱਥੇ ਇੱਕ ਤੇਲ ਨਾਲ ਭਰੇ ਟੈਂਕਰ ਦੇ ਨਾਲ ਇਸ ਕਾਰ ਦੀ ਟੱਕਰ ਹੋ ਗਈ, ਜਿਸ ਦੇ ਵਿੱਚ ਇਹ ਨੌਜਵਾਨ ਸਵਾਰ ਸੀ। ਇਸ ਦੇ ਨਾਲ ਹੀ ਇਸ ਦਾ ਸਹੁਰਾ ਵੀ ਮੌਜੂਦ ਸੀ ਤੇ ਆਪਣੀ ਸਾਲੀ ਨੂੰ ਉਸਦੇ ਸਹੁਰੇ ਘਰ ਛੱਡ ਕੇ ਵਾਪਸ ਪਰਤ ਰਹੇ ਸਨ। ਇਸੇ ਦੌਰਾਨ ਹੀ ਟੈਂਕਰ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਕਾਰ ਬੁਰੀ ਤਰ੍ਹਾਂ ਦੇ ਨਾਲ ਚਕਨਾ ਚੂਰ ਹੋ ਜਾਂਦੀ ਹੈ, ਜੋ ਕਿ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਟੱਕਰ ਕਿੰਨੀ ਜ਼ਬਰਦਸਤ ਰਹੀ ਹੋਏਗੀ। ਲੋਕਾਂ ਦਾ ਕਹਿਣਾ ਹੈ ਕਿ ਟੈਂਕਰ ਰੋਂਗ ਸਾਈਡ ਤੋਂ ਆ ਰਿਹਾ ਸੀ, ਜਿਸ ਕਰਕੇ ਹਾਦਸਾ ਵਾਪਰਿਆ ਤੇ ਜਦੋਂ ਲੋਕਾਂ ਦੇ ਵੱਲੋਂ ਉਸ ਟੈਂਕਰ ਦੀ ਨੰਬਰ ਪਲੇਟ ਤੋਂ ਨੰਬਰ ਨੋਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਹੈਰਾਨ ਰਹਿ ਗਏ, ਕਿਉਂਕਿ ਇਸ ਟੈਂਕਰ ਦੀ ਨੰਬਰ ਪਲੇਟ ਵੀ ਮੌਜੂਦ ਨਹੀਂ ਸੀ। ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਨੰਬਰ ਪਲੇਟ ਲਾ ਦਿੱਤੀ ਗਈ, ਉਖਾੜ ਦਿੱਤੀ ਗਈ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਇਹ ਟੈਂਕਰ ਕਿੱਥੋਂ ਆਇਆ ਸੀ ਤੇ ਕਿਨ੍ਹਾਂ ਦਾ ਸੀ। ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰ, ਇਹ ਫਾਜ਼ਿਲਕਾ ਦੇ ਬਾਹਰ ਕੌਂਸਲ ਦੇ ਜਿਹੜੇ ਐਡਵੋਕੇਟ ਨੇ ਤਰੁਣ ਵਧਵਾ, ਸ਼ਹਿਰ ਦੇ ਜਾਣੇ ਮਾਨੇ ਆਰ ਟੀ ਐਕਟੀਵਿਸਟ ਵੀ ਨੇ, ਤਾਂ ਉਹਨਾਂ ਦਾ ਜਲਾਲਾਬਾਦ ਦੇ ਨਜ਼ਦੀਕ ਬੱਗੀ ਦਾ ਜਿਹੜਾ ਮੋੜ ਹੈਗਾ, ਉਸ ਮੋੜ ਕੋਲ ਐਕਸੀਡੈਂਟ ਹੋਇਆ। ਐਕਸੀਡੈਂਟ ਵੀ ਬੜਾ ਭੀਸ਼ਣ ਹੋਇਆ, ਉਹਨਾਂ ਦੀ ਕਾਰ ਜਿਹੜੀ ਹੈ ਲਗਭਗ ਸਾਰੀ ਡੈਮੇਜ ਹੋ ਚੁੱਕੀ ਹੈ। ਤਾਂ ਉਹਨਾਂ ਦੀ ਮੌਕੇ 'ਤੇ ਡੈਥ ਤਾਂ ਨਹੀਂ ਹੋਈ ਸੀ, ਲੇਕਿਨ ਲਗਭਗ ਡੈਥ ਦੇ ਨੀਅਰ ਹੈਗੇ ਸੀ। ਤਾਂ ਉਹਨਾਂ ਨੂੰ ਜਲਾਲਾਬਾਦ ਦੇ ਸਿਵਲ ਹੋਸਪਿਟਲ ਲੈ ਕੇ ਗਏ, ਉੱਥੋਂ ਉਹਨਾਂ ਨੇ ਰੈਫਰ ਕੀਤਾ ਫਰੀਦਕੋਟ ਲੈ ਕੇ ਗਏ, ਤਾਂ ਰਸਤੇ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ। ਸਰ, ਮੈਂ ਮੌਕੇ 'ਤੇ ਹੀ ਸਾਰਾ ਜਗ੍ਹਾ ਦੇਖ ਕੇ ਆਇਆ ਸੀ, ਕਿਉਂਕਿ ਮੈਂ ਫਰੀਦਕੋਟ ਵੀ ਗਿਆ ਸੀ ਅਤੇ ਉਸ ਕਾਰ ਦੀਆਂ ਪਿਕਸ ਵੀ ਲਿੱਤੀਆਂ ਸੀ, ਉਸ ਟਰੱਕ ਦੀਆਂ ਵੀ ਪਿਕਸ ਲਿੱਤੀਆਂ ਸੀ। ਤਾਂ ਇਹ ਆਪਦੀ ਸਾਈਡ 'ਤੇ ਹੈਗੇ ਸੀ, ਜਿਹੜਾ ਦੂਸਰਾ ਟੈਂਕਰ ਵਾਲਾ ਹੈਗਾ ਸੀ ਉਹ ਰੋਂਗ ਸਾਈਡ 'ਤੇ ਆ ਕੇ ਟੱਕਰ ਮਾਰ ਕੇ, ਉਸ ਤੋਂ ਬਾਅਦ ਅੱਜ ਵੀ ਜਿਹੜਾ ਨਾ ਰੋਂਗ ਸਾਈਡ 'ਤੇ ਹੀ ਉਹ ਟੈਂਕਰ ਪਲਟਿਆ ਹੋਇਆ ਸੀ। ਪੂਰੀ ਦੀ ਪੂਰੀ ਜਿਹੜੀ ਗਲਤੀ ਹੈ ਉਹ ਜਿਹੜਾ ਟੈਂਕਰ ਚਲਾਉਣ ਵਾਲਾ ਡਰਾਈਵਰ ਦੀ ਹੈਗੀ, ਤਾਂ ਇਹਨਾਂ ਦੀ ਕੋਈ ਗਲਤੀ ਨਹੀਂ, ਆਪਦੀ ਸਾਈਡ 'ਤੇ ਹੀ ਜਾ ਰਹੇ ਸੀ। ਇਹ ਟੈਂਕਰ ਤੇਲ ਵਾਲਾ ਸੀ ਜੀ, ਉਹ ਤੇਲ ਸਾਰਾ ਉੱਥੇ ਖਿਲ ਰਿਹਾ ਹੋਇਆ ਸੀ, ਅਸੀਂ ਮੌਕੇ 'ਤੇ ਦੇਖਿਆ ਉਹਦੀ। ਤੁਸੀਂ ਇਹ ਦੇਖੋ, ਜਿਹੜੇ ਟੈਂਕਰ ਚਲਾ ਰਹੇ ਸੀ ਉਹ ਇੰਨੇ ਚਲਾਕ ਲੋਕ ਹੈਗੇ ਸੀ, ਉਹਨਾਂ ਨੇ ਟੈਂਕਰ ਦਾ ਜਿਹੜਾ ਨੰਬਰ ਪਲੇਟ ਹੈਗੀ ਸੀ, ਅਸੀਂ ਉਹਦੀ ਪਿੱਕ ਲੈਣਾ ਚਾਹੁੰਦੇ ਸੀ, ਨੰਬਰ ਪਲੇਟ ਵੀ ਉਹਨਾਂ ਨੇ ਉਖਾੜ ਲਈ, ਉਖਾੜਤੀ ਉੱਥੋਂ। ਸਾਨੂੰ ਉੱਥੋਂ ਟਰੇਸ ਹੀ ਨਹੀਂ ਹੋਇਆ ਵੀ ਟੈਂਕਰ ਕਿੰਨਾ ਲੈ ਗਿਆ ਸੀ। ਇਹ ਸਰ ਆਪਦੇ ਕੋਈ ਇਹਨਾਂ ਦੇ ਸਿਸਟਰ ਇਨ ਲਾ ਹੈਗੇ ਨੇ, ਉਹਨਾਂ ਨੂੰ ਉੱਥੇ ਛੱਡਣ ਗਏ ਸੀ, ਇਹਨਾਂ ਦੇ ਸਹੁਰਾ ਸਾਹਿਬ ਨਾਲ ਸੀ, ਤਾਂ ਉਹ ਛੱਡਣ ਤੋਂ ਬਾਅਦ ਇਹ ਵਾਪਸ ਆ ਰਹੇ ਸੀ ਘਰ। ਬਿਲਕੁਲ ਸਖ਼ਤ ਕਾਰਵਾਈ ਚਾਹੁੰਦੇ ਹਾਂ, ਕਿਉਂਕਿ ਇੱਕ ਤਰ੍ਹਾਂ ਨਾਲ ਹਿੱਟ ਐਂਡ ਰਨ ਦਾ ਕੇਸ ਹੈਗਾ। ਦੇਖੋ, ਬੰਦਿਆਂ ਨੇ ਐਕਸੀਡੈਂਟ ਕੀਤਾ, ਉਸ ਤੋਂ ਬਾਅਦ ਬੰਦੇ ਉੱਥੋਂ ਫਰਾਰ ਹੋ ਗਏ, ਸਾਨੂੰ ਬੰਦੇ ਨਜ਼ਰ ਨਹੀਂ ਆਏ, ਟਰੇਸ ਵੀ ਨੇ। ਹੁਣ ਜਾ ਕੇ ਪਤਾ ਚੱਲਿਆ ਸ਼ਾਇਦ ਲੋਕਲ ਹੀ ਕਿਸੇ ਫਰਮ ਦਾ ਜਿਹੜਾ ਉਹ ਟਰੱਕ ਹੈਗਾ ਜਿਹੜਾ ਉਹਨਾਂ ਦੇ ਨਾਮ ਬੋਲਦਾ, ਤਾਂ ਉਹਨਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਪਰਚਾ ਦਰਜ ਹੋਣਾ ਚਾਹੀਦਾ,
ਜੋ ਹਿਟ ਐਂਡ ਰਨ ਦਾ ਜੋ ਕੇਸ ਬਣਦਾ ਤਾਂ ਜਿਹੜਾ ਵੀ ਨਵਾਂ ਕਾਨੂੰਨ ਬਣਦਾ ਉਹਦੇ ਅਗੇਂਸਟ ਵੀ ਇਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ ਅਤੇ ਪੂਰਾ ਕੰਪਨਸੇਸ਼ਨ ਇਸ ਪਰਿਵਾਰ ਨੂੰ ਮਿਲਣਾ ਚਾਹੀਦਾ। ਹਾਂਜੀ, ਇਹਨਾਂ ਦੀ ਲਗਭਗ ਜਦੋਂ ਭਗਵਾਨ ਰਾਮ ਦਾ ਮੰਦਿਰ ਬਣਿਆ 22 ਜਨਵਰੀ ਨੂੰ, ਉਸ ਦਿਨ ਹੀ ਇਹਨਾਂ ਦੀ ਮੈਰਿਜ ਹੋਈ ਹੈ ਜੀ। ਬੜੇ ਹੀ ਹਿੰਦੂਵਾਦੀ ਨੇਤਾ ਸੀ ਤਾਂ ਹਿੰਦੂ ਸਮਾਜ ਦੇ ਲਈ ਬੜਾ ਹੀ ਸਕਰੀਆ ਹੋ ਕੇ ਕੰਮ ਕਰ ਰਹੇ ਸੀ। ਐਸੇ ਕਰਕੇ ਉਹਨਾਂ ਦਾ ਇੱਕ ਸੁਪਨਾ ਸੀ ਵੀ ਮੈਂ ਆਪਦੀ ਮੈਰਿਜ ਜਿਹੜੀ ਨਾ ਭਗਵਾਨ ਰਾਮ ਦਾ ਜਿਸ ਦਿਨ ਮੰਦਿਰ ਬਣਿਆ ਮੈਂ ਉਸ ਦਿਨ ਹੀ ਆਪਦੀ ਮੈਰਿਜ ਕਰਾਉਣੀ ਹੈ। ਤਾਂ ਸਾਡੇ ਲਈ ਜਿਹੜਾ ਬੜੀ ਛੱਤੀ ਹੋਈ ਹੈ ਕਿਉਂਕਿ RTI ਦੀ ਫੀਲਡ ਦੇ ਵਿੱਚ ਸ਼ਹਿਰ ਦੇ ਵਿੱਚ ਬੜਾ ਹੀ ਉਲੇਖਨੀ ਕੰਮ ਕਰ ਰਹੇ ਸੀ। ਇਸ ਤੋਂ ਇਲਾਵਾ ਹਿੰਦੂ ਸਮਾਜ ਦੇ ਲਈ ਵੀ ਬੜਾ ਅੱਛਾ ਕੰਮ ਕਰ ਰਹੇ ਸੀ ਤਾਂ ਸਾਡੀ ਸਾਰੀ ਟੀਮ ਨੂੰ ਇਹਦੀ ਬੜੀ ਛੱਤੀ ਹੋਈ ਹੈ। ਗੱਡੀ ਐਕਸੀਡੈਂਟ ਹੀ ਹੋਇਆ ਜੀ, ਉਦੋਂ 10:30 ਵਜੇ ਦੀ ਗੱਲ ਹੈ। ਉਦੋਂ ਐਕਸੀਡੈਂਟ ਆਪਸੇ ਚੀਜ਼ ਟਕਰਾਈਆਂ ਨੇ ਅਤੇ ਪੈਲਸ ਨਹੀਂ ਬਣਿਆ ਅਤੇ ਇੱਥੇ ਆ ਕੇ ਪਲਟ ਗਿਆ, ਜਿਹਦੇ ਕਰਕੇ ਤੇਲ ਸਿੰਘ ਆ ਸਾਰਾ ਵਿੱਚ ਚਲਿਆ ਗਿਆ, ਕਾਫੀ ਨੁਕਸਾਨ ਹੋ ਗਿਆ। ਭਾਜੀ ਤੁਹਾਡੇ ਸਾਹਮਣੇ ਆ, ਕਾਫੀ ਸਾਰੇ ਪਲਾਂਟ ਹੀ ਜਿਨ੍ਹਾਂ 'ਚ ਤੇਲ ਚਲਿਆ ਗਿਆ ਸਾਰੇ ਹੀ ਜਲ ਗਏ ਨੇ, ਉੱਪਰੋਂ ਖਰਾਬ ਹੋ ਰਹੇ ਨੇ, ਕੋਈ ਹੈ ਹੀ ਨਹੀਂ, ਸੰਭਾਵਨਾ ਹੀ ਨਹੀਂ ਹੈਗੀ ਬੱਚਣ ਦੀ। ਇਹ ਟਰੱਕ ਅਤੇ ਉਹ ਗੱਡੀ ਸੀ ਜੀ, ਸਟਾਰ ਗੱਡੀ ਹੈਗੀ ਸੀ ਜਿੱਦਾਂ ਦੋਨਾਂ ਦਾ ਹੋਇਆ ਜੀ। ਫਾਜ਼ਿਲਕਾ ਦਾ ਦੱਸਿਆ ਜਾਂਦਾ ਜੀ, ਬਹੁਤ ਤਾਂ ਇੱਕ ਤੋਂ ਤਾਂ ਗਏ ਸੀ ਹੋਸਪਿਟਲ ਜਾਂਦੇ, ਸਾਰੀ ਕਿੱਸਾ ਖਤਮ ਹੋ ਗਏ ਸੀ। ਇਹ ਤਾਂ ਮੌਕੇ 'ਤੇ ਫਰਾਰ ਹੋ ਗਿਆ ਸੀ ਜੀ, ਇਹ ਤਾਂ ਨਾ ਜੀ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ। ਭਾਜੀ ਨੁਕਸਾਨ ਘੱਟ ਤੋਂ ਘੱਟ ਵੀ 7 ਤੋਂ 8 ਲੱਖ ਦਾ ਹੋ ਗਿਆ ਜੀ ਆਪਣਾ, ਇਹ ਨਰਸਰੀ ਦਾ ਜੀ। ਸਾਰੇ ਖਤਮ ਹੋ ਗਏ, ਸਾਰਿਆਂ 'ਚ ਤੇਲ ਵੜ ਗਿਆ, ਜਿੰਨਾ ਤੇਲ ਵੜ ਗਿਆ ਉਹ ਬਚਦੇ ਨਹੀਂ ਗਏ ਜੀ ਬੂਟੇ, ਅਜੇ ਤੱਕ ਕੋਈ ਵੀ ਨਹੀਂ ਆਪਣੇ ਕੋਲ ਆਇਆ ਜੀ। ਅੱਛਾ, ਇੱਦਾਂ ਹੀ ਦੇਖੀ ਜਾਂਦੇ, ਇੱਦਾਂ ਹੀ ਪਿਆ ਬਸ, ਟਰੱਕ ਪੁੱਠਾ ਕੋਈ ਆਈ ਜਾਂਦੇ, ਲੋਕ ਵੀਡੀਓ ਬਣਾਈ ਜਾਂਦੇ ਆ, ਬਸ ਵਗੀ ਜਾਂਦਾ ਜੀ, ਉਵੇਂ ਡੀਜ਼ਲ ਵਿੱਚੋਂ ਟੈਂਕ ਲੀਕ ਹੋਇਆ, ਤੇਲ ਵਗੀ ਜਾਂਦਾ ਜੀ ਸਾਰਾ। ਜਿਹੜਾ ਲੱਗਣ ਦੀ ਸੰਭਾਵਨਾ ਜੀ, ਉੱਤੋਂ 40-45 ਡਿਗਰੀ ਟੈਂਪਰੇਚਰ ਹੋਇਆ ਪਿਆ ਜੀ, ਕੋਈ ਸਾਂਭਣ ਵਾਲਾ ਨਹੀਂ ਆਇਆ ਜੀ। ਇਹਨੂੰ ਮੰਗ ਇਹ ਜੀ, ਜੋ ਸਾਡਾ ਨੁਕਸਾਨ ਹੋਇਆ ਸਾਨੂੰ ਦਿੱਤਾ ਜਾਣਾ ਚਾਹੀਦਾ ਜੀ, ਮਿਲਣਾ ਚਾਹੀਦਾ। ਕੰਬੋਜ ਗ੍ਰੀਨ ਨਰਸਰੀ ਜੀ, ਮੇਰਾ ਨਾਂ ਗੌਰਵ ਕੰਬੋਜ ਜੀ।